राजपुरा सिटी पुलिस ने नाकेबंदी दौरान एक व्यक्ति नूं 31 लाख की राशि समेत काबू किया है। पुलिस का कहना है कि यह हवाला राशि सी अते दिल्ली तो लुधियाना लिजाई जा रही सी। इस राशि नूं लैके जाण वाला व्यक्ति बस विच्चों एक होटल ते उतरिया जिथे वह पुलिस दे अड़के आ गया। यह राशि बैग विच पाई हुई सी। पुलिस ने राशि दे नाल पैसों की गिनती करन वाली मशीन भी बरामद की है। इस राशि संबंधी काबू किया गया व्यक्ति कोई भी सही जानकारी नहीं दे सकिया। पुलिस ने यह मामला इनकम टैक्स विभाग से सुपुरद कर दिता। जी साडे मानयोग SSP पटियाला श्री दीपक पारक IPS जी वालों इलाके दे विच जिहड़ियां नाकाबंदियां चल रहीयां उसे नूं देखदे होए साडी कल नाकाबंदी लगी हुई सी इत्थे मिडवे होटल कोले GT रोड राजपुरा ते उत्थों जो चैकिंग कर रहे सी असीं ਉਥੋਂ ਬੱਸ ਰੋਕੀ ਬੱਸ ਦੇ ਵਿੱਚੋਂ ਇੱਕ ਵਿਅਕਤੀ ਮਤਲਬ ਨਿਕਲਿਆ ਜਿਹਨੂੰ ਚੈੱਕ ਕੀਤਾ ਉਹਦੇ ਬੈਗ ਦੇ ਵਿੱਚੋਂ 31 ਲੱਖ ਰੁਪਇਆ ਬਰਾਮਦ ਹੋਇਆ ਜਿਹਨੇ ਆਪਣਾ ਨਾਮ ਪਤਾ ਪਾਰਕ ਰਤਾਸ਼ ਸਨ ਆਫ ਦੀਪਾਰਾਮ ਦੱਸਿਆ ਇਹ ਉਹ ਉਹਦੇ ਬਾਰੇ ਕੋਈ ਵੀ ਸਬੂਤ ਜਾਂ ਕੋਈ ਵੀ ਚੀਜ਼ ਪੇਸ਼ ਨਹੀਂ ਕਰ ਸਕਿਆ ਪੈਸਿਆਂ ਬਾਰੇ ਅਤੇ ਜਿਹੜਾ ਇਹ ਆਪਣੇ ਪੈਸੇ ਦਿੱਲੀ ਤੋਂ ਲੁਧਿਆਣੇ ਲੈ ਕੇ ਜਾ ਰਿਹਾ ਸੀਗਾ ਕੋਈ ਜਵੈਲਰ ਦੱਸਦਾ ਸੀ ਜਵੈਲਰ ਦੀ ਦੁਕਾਨ ਸੀ ਅਤੇ ਇਹ ਉਹਨੂੰ ਅਸੀਂ ਜਿਹੜੀ ਮਨੀ ਸੀ ਇਹ ਮਨੀ ਨੂੰ ਅਸੀਂ ਸੀਜ਼ ਕਰ ਲਿਆ ਸੀਜ਼ ਕਰਕੇ ਪਟਿਆਲੇ ਤੋਂ ਜਿਹੜੀ ਟੀਮ ਆਈ ਇਨਕਮ ਟੈਕਸ ਡਿਪਾਰਟਮੈਂਟ ਦੀ ਉਹਦੇ ਇੰਸਪੈਕਟਰ ਨਰੇਸ਼ ਜੀ ਆਏ ਅਤੇ ਨਾਲ ਉਹਨਾਂ ਦੇ ਇੰਸਪੈਕਟਰ ਸੀਗੇ ਭਾਰਤ ਭੂਸ਼ਣ ਉਹਨਾਂ ਨੇ ਅਗਲੀ ਸਾਰੀ ਕਾਰਵਾਈ ਉਹਨਾਂ ਦੇ ਹੈਂਡਓਵਰ ਕਰਤੀ ਜੀ ਉਹਨਾਂ ਨੇ ਇਹ ਸਾਰਾ ਜਿਹੜਾ ਮਤਲਬ ਹਵਾਲਾ ਮਨੀ ਸੀ ਇਹਨੂੰ ਸੀਜ਼ ਕਰ ਲਿਆ ਅਤੇ ਸੀਜ਼ ਕਰਕੇ ਉਹਨਾਂ ਦੀ FD ਕਾਰਵਾਈ ਚੱਲ ਰਹੀ ਹੈ ਸਰ ਕਿੰਨੇ ਕਿੰਨੇ ਨੋਟ ਸੀਗੇ ਇਹ ਜੀ 100 ਨੋਟ ਤਾਂ 2-2 ਹਜ਼ਾਰ ਦੇ ਸੀਗੇ 2 ਲੱਖ ਰੁਪਇਆ ਸੀ 2-2 ਹਜ਼ਾਰ ਦਾ ਅਤੇ ਬਾਕੀ 29 ਲੱਖ ਰੁਪਇਆ 500-500 ਦੇ ਨੋਟ ਸੀਗੇ ਅਤੇ ਬੈਗ 'ਚ ਪਾਏ ਹੋਏ ਸੀਗੇ ਨਾਲ ਉਹਦੇ ਮਸ਼ੀਨ ਵੀ ਸੀ ਨੋਟ ਗਿਣਨ ਵਾਲੀ ਉਹ ਵੀ ਨਾਲ ਹੀ ਸੀਜ਼ ਹੋ ਕਰਨੀ ਉਹ ਵੀ ਸੀ ਨਹੀਂ ਰੂਟੀਨ ਚੈਕਿੰਗ ਸੀ ਰੂਟੀਨ ਅਸੀਂ ਅੱਜ ਕੱਲ੍ਹ ਨੈਕ ਚੈਕਿੰਗ ਨਾਕੇ ਲੱਗ ਰਹੇ ਨੇ ਮਾਨਯੋਗ SSP ਸਾਹਿਬ ਦੇ ਹੁਕਮ ਮੁਤਾਬਕ ਅਤੇ ਅੱਗੇ ਵੀ ਲੱਗਦੇ ਰਹਿਣਗੇ ਸਾਡਾ ਇਹੀ ਹੈ ਵੀ ਜੋ ਵੀ ਕੋਈ ਬੰਦਾ ਜੁਰਮ ਕਰੇਗਾ ਕਿਸੇ ਵੀ ਕਿਸਮ ਦਾ ਭਾਵੇਂ ਉਹ ਨਸ਼ੇ ਵਾਲਾ ਭਾਵੇਂ ਕੈਸ਼ ਇੱਧਰ ਉੱਧਰ ਕਰ ਰਿਹਾ ਕੋਈ ਵੀ ਭਾਵੇਂ ਸਰਕਾਰ ਨੂੰ ਚੂਨਾ ਲਾ ਰਿਹਾ ਉਹਨੂੰ ਸਖਤੀ ਨਾਲ ਕਾਰਵਾਈ ਹੋਊਗੀ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਏਗਾ ਕੀ ਸਰ ਆਪ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸੀ ਕਾਨੂੰਨ 'ਚ ਰਹਿ ਕੇ ਕੰਮ ਕਰੋ ਜੀ ਜਿਹੜਾ ਕਾਨੂੰਨ ਦੀ ਉਲੰਘਣਾ ਕਰੇਗਾ ਕਿਸੇ ਵੀ ਕਿਸਮ ਦੀ ਉਹਦੇ ਖਿਲਾਫ਼ ਜਿਹੜੀ ਬਣਦੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਊ ਦੇਸ਼ ਦੁਨੀਆ ਦੀਆਂ ਤਾਜ਼ਾ ਖ਼ਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇੰਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ